ਅੱਜ ਦਾ ਵਲੋਗ ਸਟਾਰਟ ਹੋ ਗਿਆ ਜੀ ਕਿੱਥੋਂ? ਸ਼ਬੀਰ ਤੋਂ। ਸ਼ਬੀਰ ਪੀ ਲਈ ਆ ਆਪਾਂ, ਕਿਉਂਕਿ ਆਪਾਂ ਜਾਣਦੇ ਸੀਗੇ ਜੂਸ ਪੀਣ। ਹਾਂਜੀ। ਅਤੇ ਰਸਤੇ ਵਿੱਚ ਸਾਨੂੰ ਮਿਲ ਗਈ ਸ਼ਬੀਰ, ਬਹੁਤ ਸਾਨੂੰ ਰਾਹ ਮਿਲੀ ਅਤੇ ਖੁਸ਼ੀ ਮਿਲ ਗਈ ਕਿ ਪੈਸੇ ਬਚ। ਖੁਸ਼ੀ ਕੀ ਕਿ ਖੁਸ਼ੀ ਨੂੰ ਵਿਆਹ ਚੱਲੇ? ਉਹ ਵਾਲੀ ਖੁਸ਼ੀ ਨਹੀਂ ਵੀਰ, ਜਿਹੜੀ ਅੰਦਰੋਂ ਖੁਸ਼ੀ ਹੁੰਦੀ ਆ ਨਾ, ਕੋਈ ਕੁੜੀ ਖੁਸ਼ੀ ਮਿਲੀ, ਮਤਲਬ ਕੋਈ ਖੁਸ਼ੀ ਸਾਨੂੰ ਅੰਦਰ ਮਿਲ ਸਕੀ। ਫਿਲਹਾਲ ਦੀ ਘੜੀ ਜਿਹੜੇ ਆਪਾਂ ਹੈਗੇ ਆ ਸੜਕ 'ਤੇ, ਸੜਕ 'ਤੇ ਕਿ ਸਪਲੈਂਡਰ 'ਤੇ? ਦੋਨਾਂ ਦੇ ਉੱਪਰ ਚੱਲਣੇ ਵਾਲੇ ਸਮਝ ਜਾਂਦੇ ਆ। ਅਤੇ ਅੱਜ ਦਾ ਜਿਹੜਾ ਵਲੋਗ ਆ ਉਹਦੇ ਵਿੱਚ ਆਪਾਂ ਕੀ ਕਰਾਂਗੇ, ਹਾਂ ਆਪਾਂ ਕਰਾਂਗੇ ਜਿਹੜਾ ਆਪਣਾ ਆਪਾਂ ਸਿਲੰਡਰ ਆ ਉਹਨੂੰ ਪਾਵਾਂਗੇ ਆਪਾਂ ਐਗਜ਼ੋਸਟ, ਕਿਉਂਕਿ ਜਿਹੜਾ ਤੁਹਾਨੂੰ ਇਸ ਤੋਂ ਅਗਲਾ ਵਲੋਗ ਆ ਉਹਦੇ ਵਿੱਚ ਤੁਹਾਨੂੰ ਆਪਾਂ ਘੈਂਟ ਬੰਦੇ ਹੋਣਗੇ ਅਗਲੇ ਵਲੋਗ ਦੇ ਵਿੱਚ। ਅਤੇ ਇਸ ਲਈ ਅੱਜ ਆਪਾਂ ਨਿਕਲੇ ਨੇ ਆਪਣੇ ਮੋਟਰਸਾਈਕਲ ਦਾ ਥੋੜ੍ਹਾ ਜਿਹਾ ਕੰਮ ਕਰਾਉਣਾ। ਪਹਿਲਾਂ ਕਿੱਧਰ ਜਾਣਾ ਵਾ? ਤੂੰ ਦੱਸ। ਟਾਇਰ ਦਾ ਕੰਮ ਕਰ ਲਈ ਤੇਰੇ ਵਾਲੇ ਦਾ? ਹਾਂ ਟਾਇਰ ਦਾ ਇੱਧਰੋਂ ਸ਼ਾਸ਼ ਨਗਰ ਤੋਂ ਵਾਲਾ। ਪਹਿਲਾਂ ਆਪਾਂ ਕਰਾਂਗੇ, ਇੱਥੇ ਟਾਇਰ ਲਿਆ ਸੀਗਾ ਉਹਦੇ ਵਿੱਚ ਲੱਗਿਆ ਤਾਂ ਕੱਟ ਜਾਂ ਤਾਂ ਕਿਸੇ ਨੇ ਪਲੇਟ ਮਾਰਿਆ ਵਾ, ਇਹ ਹੁਣ ਸਾਨੂੰ ਨਹੀਂ ਪਤਾ ਕੀ ਹੋਇਆ, ਪਤਾ ਨਹੀਂ ਲੱਗਦਾ ਕੀ ਹੋਇਆ। ਇਹ ਖੜੇ ਖਲੋਤੇ ਉੱਤੇ ਫਿਰ ਇਹ ਡੇਢ ਮਹੀਨਾ ਹੋਇਆ ਟਾਇਰ ਪਏ ਹੋਏ। ਅਤੇ ਇਹ ਹੈਗਾ ਅਰਮਨ ਵਾਲਾ ਮੋਟਰਸਾਈਕਲ ਜੇ ਤਾਂ ਆਪਾਂ ਜਾਣਦੇ ਹਾਂ, ਆਪਣੇ ਵਾਲਾ ਲੱਗਾ ਹਜੇ ਘਰੇ, ਉਹ ਅੱਜ ਆਪਾਂ ਧੋਣੀ ਆ। ਅਤੇ ਪਲੱਸ ਨਾਲੇ ਜਿਹੜਾ ਐਗਜ਼ੋਸਟ ਆ ਉਹ ਵੀ ਅੱਜ ਆਪਾਂ ਪਾਉਣਾ ਵਾ। ਸੋ ਪਹਿਲਾਂ ਜਾ ਕੇ ਆਪਾਂ ਘਰ ਵਾਲਾ ਆਪਣਾ ਕੰਮ ਕੰਪਲੀਟ ਕਰ ਲਈਏ। ਇੱਧਰ ਦੀ ਮਠਾਰੂ ਭਾਈ ਲੰਘਦੇ ਹੋਏ ਕਿੱਥੇ ਆ? ਪਿੱਛੇ ਜਾ ਕੇ ਲੋਕ ਉਹ ਸਾਡੇ ਵੱਲ ਵੇਖਦੇ, ਸਾਡੇ ਸਾਡੇ ਅੱਗੇ ਹੋਰ ਵੀ ਆਏ ਜਾਣ ਇਕੱਲੇ, ਉਹ ਥੋੜ੍ਹੀ ਬਲੋਗਿੰਗ ਕਰਦੇ ਆਪਾਂ ਵੀ ਕਰਦੇ ਹਾਂ। ਚਲੋ ਟਾਈਮ ਨਾ ਵੇਸਟ ਕਰ, ਇੱਕ ਹੋਰ ਸਪੀਲ ਆ ਗਈ। ਸੁੱਕੀ ਜਾਣਦੀ ਨਹੀਂ ਕਿ ਜਾਂ ਕਿੱਦਾਂ ਸੁੱਕੀ ਜਾਣਦੀ ਹੈ ਬਖਸ਼ ਦੀ ਹੈ। ਸੋ ਅੱਜ ਦਾ ਇਹਨਾਂ ਨੂੰ ਲੋਕ ਉਹਦੇ ਵਿੱਚ ਆਪਾਂ ਕੁਛ ਨਹੀਂ ਕਰਨਾ, ਆਹੀ ਕੁਛ ਕਰਨਾ ਵਾ। ਹਾਂ ਆਹੀ ਕੁਛ। ਸਾਨੂੰ ਨਾ ਇੱਕ ਕਮੈਂਟ ਆਉਂਦੇ ਹੁੰਦੇ ਆ ਵੀ ਆਪਣੇ ਮੋਟਰਸਾਈਕਲ ਦੀ ਆਵਾਜ਼ ਚੈੱਕ ਕਰਾਓ, ਅਤੇ ਅੱਜ ਤੁਹਾਨੂੰ ਆਵਾਜ਼ ਚੈੱਕ ਕਰਾਉਣ ਦੀ ਆਵਾਜ਼ ਚੈੱਕ ਕਰਾਓ। ਗਰਮੀ ਹਾਂ ਐਗਜ਼ੋਸਟ ਪਾਵਾਂਗੇ ਆਪਾਂ ਆਹ ਵਾਲਾ, ਪਰ ਆਹ ਤਾਂ ਟੁੱਟੇ ਦਾ ਵਾ ਕਿੱਥੋਂ, ਟੁੱਟਾ ਨਹੀਂ ਆ ਇੱਦਾਂ ਰੈਡੀ ਬਣਾਵਾਂ। ਅੱਛਾ ਇੱਥੋਂ ਪੂਰਾ ਬੰਦ ਹੋ ਜਾਏਗਾ, ਇੱਥੋਂ ਬੰਦ ਹੋ ਜਾਏਗਾ, ਉਹਨੇ ਇੱਦਾਂ ਕਰ ਦੇਣਾ ਵਾ ਅਤੇ ਆਵੇ ਇੱਦਾਂ ਇੱਥੇ ਰੈਡੀ ਹੋ ਗਿਆ, ਆਹ ਇੱਥੇ ਆ ਗਿਆ ਠੀਕ ਹੈ, ਅਤੇ ਇੱਥੇ ਆ ਗਿਆ ਤਿੰਨੇ ਤਾਂ ਨਾਲ ਲੱਗੂਗਾ ਮੈਨੂੰ ਲੱਗਣ ਦੇ। ਮੋਟਰਸਾਈਕਲ ਨਾਲ ਖੜਨਾ ਪੈਣਾ ਤੇਰਾ ਹੈ, ਮੋਟਰਸਾਈਕਲ ਹੁਣ ਫਿੱਟ ਕਰਾ ਕੇ ਆਈ, ਫਿੱਟ ਨਾਲੇ ਕਰਾ ਦਿੰਦੇ ਹਾਂ, ਅਤੇ ਬਾਕੀ ਗੁੱਸੇ ਹੋਊਗਾ ਨਹੀਂ, ਗੁੱਸੇ ਤਾਂ ਨਹੀਂ ਹੋਣਾ ਕਹਿ ਲਾ ਦਾਂਗੇ ਕੰਮ ਸਾਨੂੰ ਕਰ ਕੇ ਲਾ ਹੀ ਦੇਣਾ। ਇੱਦਾਂ ਕਰੀਏ ਹੁਣ ਆਪਾਂ ਕੱਢੀਏ ਜਾ ਕੇ ਆਪਣਾ ਮੋਟਰਸਾਈਕਲ ਪਹਿਲਾਂ, ਅਤੇ ਚੱਲੀਏ ਪਹਿਲਾਂ ਇਹਦੇ ਵਾਲੀ ਦੁਕਾਨ ਕੋਲ ਜਾਈਏ ਪਹਿਲਾਂ। ਨਹੀਂ ਦੋਵੇਂ ਕਰਨਾ ਨਾਲ, ਉਹਨੇ ਆਪੇ ਆਪਣੇ ਹਿਸਾਬ ਨਾਲ ਫਿੱਟ ਕਰਕੇ ਦੇਣਾ,
ਡੇਅਰ ਰੋਡ ਦੇ ਪੁਲ ਥੱਲੇ ਜਿਹੜਾ ਕਿਹੜਾ ਭਲਾ ਡੇਅਰ ਰੋਡ ਦੇ ਪੁਲ ਥੱਲੇ ਹੈਗਾ ਵੈਲਡਰ ਵੈਲਡਰ ਫਿੱਟ ਵੀ ਨਹੀਂ ਕਰ ਦੇਣਾ ਫਿੱਟ ਵੀ ਨਹੀਂ ਕਰ ਦੇਣਾ ਹੋਜੂਗਾ ਫਿੱਟ ਮੇਰੀ ਗੱਲ ਸੁਣ ਜਿੰਨੇ ਵੀ ਫਿੱਟ ਕਰਨਾ ਨਾ ਦੇਖੋ ਧਿਆਨ ਨਾ ਕਰਾਉਣਾ ਇੱਥੋਂ ਵਾਲੇ ਨਟ ਟੁੱਟ ਜਾਂਦੇ ਹੁੰਦੇ ਕਈ ਵਾਰੀ ਕੋਈ ਨੀ ਇੱਥੇ ਠੀਕ ਆ ਵੇਹਨੇ ਜੋ ਕਰਦੇ ਇੱਧਰ ਥੋੜਾ ਜਿਹਾ ਚੱਕਰ ਪੈ ਜਾਂਦਾ ਤਾਂ ਪਾਈਪ ਪੁਇਪ ਦਾ ਤੇ ਵੇਹਨੇ ਕੀ ਪ੍ਰੋਸੈਸ ਤੇ ਲਾਸਟ ਤੇ ਸਾਊਂਡ ਇਹਦੀ ਚੈੱਕ ਕਰਕੇ ਆ ਜਾਇਓ ਤੇ ਜਿਹੜੇ ਵੀਰ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ਪੀਲਾ ਅੱਜ ਕੋਈ ਨਹੀਂ ਛੱਡਣੇ ਪਹਿਲਾਂ ਆਪਾਂ ਜਿੰਮ ਗਏ ਹਾਂ ਆਪਣੀ ਉੱਥੇ ਸ਼ਪੀਲ ਲਾਈ ਦੀ ਸੇਵਾ ਸੀਗੀ ਸੇਵਾ ਕੀਤੀ ਉਸ ਤੋਂ ਬਾਅਦ ਆਪਾਂ ਰਸਤੇ ਜਾਵਾਂਗੇ ਉੱਥੇ ਮੇਰੇ ਕੀਤੀ ਮੈਂ ਤੀਜੀ ਸ਼ਪੀਲ ਫਿਰ ਤੋਂ ਮਨ ਮੈਂ ਲੱਡੂ ਬੂਟਾ ਸ਼ਪੀਲੋ ਸ਼ਪੀਲ ਹੋਇਆ ਵਿਆ ਕੰਮ ਅੱਜ ਫਲੇਵਰ ਕਿਹੜਾ ਵਾ ਪਤਾ ਨਹੀਂ ਚਲੋ ਸ਼ਪੀਲ ਪੀ ਕੇ ਦੁਕਾਨ 'ਤੇ ਜਾ ਕੇ ਮਿਲਦੇ ਹਾਂ ਉਹ ਵੀ ਆਪਣਾ ਜਿਹੜਾ ਪ੍ਰੋਸੈਸ ਸਟਾਰਟ ਹੋ ਗਿਆ ਜਿਹੜਾ ਡਨ ਕਰ ਲਿਆ ਵਾ ਇਹਦੀ ਸਾਊਂਡ ਜਿਹੜੀ ਚੈੱਕ ਕਰਦੇ ਪਹਿਲਾਂ ਇਹਨੂੰ ਵੋਸ਼ ਕਰਾ ਲਈਏ ਸੋਹਣਾ ਜਿਹਾ ਲੱਗੇ ਫਿਰ ਤੁਹਾਨੂੰ ਚੈੱਕ ਕਰਾਉਣੇ ਸਾਊਂਡ ਇਹਦੀ ਉਹਦੇ ਦੁਆਲੇ ਹੋ ਗਿਆ ਕਿੱਦਾਂ ਇਹਨੂੰ ਭਜਾ ਦਿਆ ਕਰ ਇਹਨੂੰ ਨਾ ਮੋਟਰ ਕਰਕੇ ਦਿਆ ਕਰ ਕੋਈ ਗਲਤ ਨਾ ਕਮੈਂਟ ਕਰਿਓ ਭਰਾ ਆਪਣੇ ਆਪਣੇ ਵਾਕਮ ਦਾ ਓਦਾਂ ਹੀ ਰਿਹਾ ਹੋਣਾ ਡੀਜ਼ਲ ਮਾਰਨਾ ਨਾ ਇਹਨੂੰ ਸਪਲੈਂਡਰ ਨੂੰ ਆਪਣੇ ਨੂੰ ਆਪਾਂ ਕੱਲ੍ਹ ਕੱਦੂ 'ਚ ਮਾਰਨਾ ਅਤੇ ਡੀਜ਼ਲ ਮਰਾਉਣਾ ਸੀ ਅਤੇ ਉਹਨੂੰ ਕਹਿੰਦਾ ਤੂੰ ਧੋਣ ਤੋਂ ਪਹਿਲਾਂ ਕਿਉਂ ਨਹੀਂ ਮਾਰਿਆ ਪਹਿਲਾਂ ਵੀ ਮਾਰ ਅਤੇ ਬਾਅਦ 'ਚ ਵੀ ਮਾਰ ਐਵੇਂ ਪਾਗਲ ਹੋਇਆ ਇਹ ਲਓ ਵੀ ਮਿੱਤਰੋ ਫਾਈਨਲੀ ਜਿਹੜੀ ਮੋਟਰਸਾਈਕਲ ਦੀ ਲੁੱਕ ਨਿਕਲ ਆਈ ਆਹ
ਪਿੱਛੋਂ ਵੀਰ ਵੀ ਮਸਤੀ ਪੂਰਾ ਦਿੱਤਾ ਵਾ ਲੁੱਕ ਕਲੀਅਰ ਨਿਕਲ ਕੇ ਆਉਂਦੀ ਹੁਣ ਸਲੰਸਰ ਦੀ ਜਿਹੜੀ ਕੋਸਟ ਹੈ ਕਿੰਨੇ ਦਾ ਸਲੰਸਰ ਹੁੰਦਾ ਭਲਾ ਪਿਛਲੀ ਵਾਰੀ ਨਾ ਮੈਨੂੰ ਕਿਸੇ ਨੇ ਕਿਹਾ ਸੀ ਸਲੰਸਰ ਜੋ ਵੀ ਕਰਾਉਂਦੇ ਹੁੰਦੇ ਉਹਦੀ ਕੋਸਟ ਦੱਸਿਆ ਕਰੋ ਕਿੰਨੀ ਆਉਂਦੀ ਹੈ ਸਲੰਸਰ ਕਿੰਨੇ ਦਾ ਭਲਾ ਨਵਾਂ ਸਾਡੇ ਕੋਲ ਪਹਿਲਾਂ ਦਾ ਪਿਆ ਦਾ ਸੀ 500 ਦਾ ਵੈਸੇ ਨਵਾਂ ਹਾਂ 500 ਦਾ ਸਲੰਸਰ ਸਾਡੇ ਲਈ ਕਿਉਂਕਿ ਸਾਨੂੰ ਰੇਟ ਘਟਾਉਣਾ ਆਉਂਦਾ ਵਾ 100 ਦਾ ਹੋ ਗਿਆ ਬੈਂਡ ਆਹ ਜਿਹੜਾ ਵਾ 500 ਦਾ ਆਹ ਜਿਹੜਾ ਵਾ ਬੈਂਡ 100 ਦਾ ਤੇ ਜਿਹੜੀ ਆਪਾਂ ਅਸੀਂ ਫਿਟਿੰਗ ਜਿਹੜੀ ਕਰਾਈ ਆ ਇਹਦਾ 100 ਰੁਪਇਆ ਲੱਗਾ ਟੋਟਲ ਹੋ ਗਿਆ 500 600 700 700 ਤੇ 700 ਰੁਪਇਆ ਤੇ ਮੋਟਰਸਾਈਕਲ ਤੁਹਾਨੂੰ ਦੇ ਪਿਛਲੇ ਵਾਰੀ ਕਿਸੇ ਨੇ ਕਿਹਾ ਸੀ ਮੈਂ ਤਾਰ ਕੇ ਸਾਰਾ ਕੁਝ ਦੱਸਣ ਲੱਗਾ ਅੱਜ ਇਹਦੇ ਤੇ ਕਿੰਨੇ ਲੱਗੇ ਆ 700 ਰੁਪਇਆ ਲੱਗਾ ਸਲੰਸਰ ਦੇ ਪੂਰਾ ਫਿਟਿੰਗ ਹੋ ਕੇ ਤੇ 100 ਰੁਪਇਆ ਲੱਗਾ ਧਵਾ ਕੇ ਡੀਜ਼ਲ ਮਰਵਾਇਆ ਆਪਾਂ ਪੂਰਾ ਕਿਉਂਕਿ ਕੱਲ੍ਹ ਆਪਾਂ ਵਾੜਨੇ ਕੱਦੂ 'ਚ ਆਪਾਂ ਪੂਰਾ ਥੱਲੇ ਕਰਾਇਆ ਜਿਹਨੂੰ ਕਹਿੰਦੇ ਵੀ ਮਿੱਟੀ ਨਾ ਕਿਤੇ ਚੰਬੜ ਜੇ ਜੇ ਕਿਸੇ ਨੇ ਵੀ ਕੱਦੂ 'ਚ ਵਾੜਨੇ ਹੁੰਦੇ ਪਹਿਲਾਂ ਆਪਣੇ ਸਾਧਨਾਂ ਦੇ ਉੱਤੇ ਡੀਜ਼ਲ ਜ਼ਰੂਰ ਮਰਾ ਲਿਆ ਕਰੋ ਚਲੋ ਇਹਦੀ ਸਾਊਂਡ ਚੈੱਕ ਕਰਾਉਂਦੇ ਤੁਹਾਨੂੰ ਆਹ ਫੜੀ ਰਹਿ ਜੇ ਕੋ ਕਰਦਾ ਗਦਾਰੀ ਸਾਡੇ ਨਾਲ ਪੁੱਤ ਪੈਰ ਨਾਲੇ ਯਾਰੀ ਦੋਵੇਂ ਮਾੜੀ।